ਦੁਆਬਾ ਦੰਦਾਂ ਦਾ ਹਸਪਤਾਲ ਜੋ ਕਿ ਡਾਕਟਰ ਨਰੇਸ਼ ਕੁਮਾਰ ਅਤੇ ਡਾਕਟਰ ਮੰਜੂਬਾਲਾ ਵੱਲੋਂ ਜਲੰਧਰ ਅਤੇ ਕਪੂਰਥਲਾ ਵਿਖੇ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈ। ਇਸ ਸਥਾਨ ਉੱਪਰ ਦੰਦਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਵਾਜਿਬ ਰੇਟਾਂ ਤੇ ਕੀਤਾ ਜਾਂਦਾ ਹੈ। ਮੈਂ ਕਪੂਰਥਲਾ ਸੰਤਪੁਰ ਮੁਹੱਲੇ ਤੋਂ ਬੁਲਾਉਂਦਾ ਸੀ। ਮੇਰੇ ਦੰਦ ਵਿੱਚ ਬਹੁਤ ਦਰਦ ਹੋ ਰਹੀ ਸੀਗੀ ਅਤੇ ਮੈਂ ਇੱਥੇ ਦਿਖਾਇਆ ਡਾਕਟਰ ਨਰੇਸ਼ ਅਤੇ ਮੰਜੂਬਾਲਾ ਨੂੰ। ਉਹਨਾਂ ਨੇ ਬਹੁਤ ਵਧੀਆ ਟ੍ਰੀਟਮੈਂਟ ਕੀਤਾ, ਆਰ ਸੀ ਟੀ ਕੀਤੀ ਆ। ਮੈਂ ਸੈਟਿਸਫਾਈ ਹਾਂ ਇਸ ਦੀ ਆਰ ਸੀ ਤੋਂ। Myself Dr. Manju. I'm working at Dwaba Dental and Implant Clinic, Jalandhar, and also at Dr. Naresh Dental and Implant Clinic, Kapoorthala. Dr. Naresh Dental Hospital ਵੱਲੋਂ ਅਤੇ ਦੁਆਬਾ ਡੈਂਟਲ ਐਂਡ ਇੰਪਲਾਂਟ ਕਲੀਨਿਕ ਜਲੰਧਰ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀਆਂ ਬਹੁਤ ਬਹੁਤ ਮੁਬਾਰਕਾਂ। ਹਾਂਜੀ ਮੈਡਮ, ਕਦੋਂ ਤੋਂ ਇਹ ਕਲੀਨਿਕ ਤੁਸੀਂ ਰਨ ਕਰ ਰਹੇ ਹੋ, ਜਲੰਧਰ ਵਿਖੇ ਜਾਂ ਕਪੂਰਥਲਾ ਵਿਖੇ? ਦੇਖੋ, ਇਹ ਕਲੀਨਿਕ ਪਿਛਲੇ 20 ਸਾਲ ਤੋਂ ਅਸੀਂ ਰਨ ਕਰ ਰਹੇ ਹਾਂ। ਜਲੰਧਰ ਦਾ ਕਲੀਨਿਕ ਜੋ ਹੈ ਉਹ ਪਿਛਲੇ 20 ਸਾਲ ਤੋਂ ਰਨ ਕਰ ਰਹੇ ਹਾਂ ਅਤੇ ਕਪੂਰਥਲਾ ਵਿਖੇ ਜੋ ਕਲੀਨਿਕ ਹੈ ਇਹ ਪਿਛਲੇ 15 ਸਾਲ ਤੋਂ ਅਸੀਂ ਰਨ ਕਰ ਰਹੇ ਹਾਂ। ਡੈਂਟਲ ਪ੍ਰੋਬਲਮਸ ਦੇ ਨਾਲ ਰਿਲੇਟਡ ਜੋ ਵੀ ਟ੍ਰੀਟਮੈਂਟਸ ਹੈ ਹੁਣ ਤੱਕ ਉਹ ਅਸੀਂ ਸਭ ਪ੍ਰੋਵਾਈਡ ਕਰਦੇ ਹਾਂ ਇਸ ਕਲੀਨਿਕ 'ਤੇ, ਜਲੰਧਰ ਵੀ ਔਰ ਕਪੂਰਥਲਾ ਵੀ। ਜਿਸ ਤਰ੍ਹਾਂ ਅੱਜ ਕੱਲ੍ਹ ਬਹੁਤ ਸਾਰੇ ਤਰ੍ਹਾਂ ਦੇ ਟ੍ਰੀਟਮੈਂਟ ਔਰ ਬਹੁਤ ਸਾਰੇ ਤਰ੍ਹਾਂ ਦੀਆਂ ਪ੍ਰੋਬਲਮਸ ਡੈਂਟਲ ਦੇ ਨਾਲ ਰਿਲੇਟਡ ਹੈ ਨੇ, ਅਤੇ ਉਹਨਾਂ ਸਭ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਦੀਆਂ ਫੈਸਿਲਿਟੀਜ਼ ਸਾਡੇ ਕੋਲ ਹੈ। ਡੈਂਟਲ ਇੰਪਲਾਂਟ ਮੈਡਮ ਕਿਵੇਂ ਦਾ ਪ੍ਰੋਸੀਜਰ? ਡੈਂਟਲ ਇੰਪਲਾਂਟ ਦੰਦ ਮੂੰਹ ਵਿੱਚ ਅਗਰ ਸਾਡੇ ਕੋਈ ਦੰਦ ਮਿਸਿੰਗ ਹੈ ਕਿਸੇ ਵੀ ਤਰੀਕੇ ਨਾਲ, ਜਾਂ ਅਸੀਂ ਕਢਵਾ ਦਿੱਤਾ ਹੈ ਉਸ ਖਾਲੀ ਜਗ੍ਹਾ ਨੂੰ, ਅਤੇ ਪੱਕਾ ਦੰਦ ਲਗਾਉਣ ਦਾ ਜੋ ਪ੍ਰੋਸੀਜਰ ਹੈ ਬਿਨਾਂ ਆਸ ਪਾਸ ਦੇ ਦੰਦਾਂ ਨੂੰ ਕੋਈ ਛੇੜਛਾੜ ਕੀਤੇ ਜਾਂ ਬਿਨਾਂ ਉਹਨਾਂ ਦੀ ਸਪੋਰਟ ਲਏ ਜੋ ਟ੍ਰੀਟਮੈਂਟ ਹੁੰਦਾ ਹੈ ਪੱਕਾ ਦੰਦ ਲਗਾਉਂਦਾ, ਉਹਨੂੰ ਡੈਂਟਲ ਇੰਪਲਾਂਟ ਕਹਿੰਦੇ ਆ। ਡੈਂਟਲ ਇੰਪਲਾਂਟ ਇੱਕ ਬਹੁਤ ਮਾਈਨਰ ਸਰਜੀਕਲ ਪ੍ਰੋਸੀਜਰ ਹੁੰਦਾ ਹੈ ਜਿਹਦੇ ਵਿੱਚ ਅਸੀਂ ਇੱਕ ਆਰਟੀਫਿਸ਼ਲ ਰੂਟ ਕ੍ਰੀਏਟ ਕਰਦੇ ਹਾਂ ਦੰਦ ਦੀ, ਔਰ ਉਹਦੇ ਉੱਪਰ ਫਿਰ ਅਸੀਂ ਜਿਹੜਾ ਕਿ ਦੰਦ ਹੈ ਮੂੰਹ ਦੇ ਵਿੱਚ ਉਹ ਲਗਾਉਂਦੇ ਹਾਂ। ਇਸ ਤੋਂ ਇਲਾਵਾ ਮੈਡਮ ਤੁਸੀਂ ਐਕਸੀਡੈਂਟ ਕੇਸ ਵੀ ਹੈਂਡਲ ਕਰਦੇ ਹੋ, ਜਿਵੇਂ ਜਵਾੜਾ ਖਰਾਬ ਹੋ ਜਾਂਦਾ ਜਾਂ ਟੁੱਟ ਜਾਂਦਾ ਐਕਸੀਡੈਂਟ ਦੇ ਵਿੱਚ? ਹਾਂਜੀ, ਐਕਸੀਡੈਂਟ ਦੇ ਕੇਸਿਸ ਵੀ ਅਸੀਂ ਹੈਂਡਲ ਕਰਦੇ ਹਾਂ। ਮੇਰੇ ਹਸਬੈਂਡ ਡਾਕਟਰ ਨਰੇਸ਼ ਕੁਮਾਰ, ਹੀ ਇਜ਼ ਐਨ ਓਰਲ ਸਰਜਨ, ਓਰਲ ਐਂਡ ਮੈਗਜ਼ਿਲੋਫੇਸ਼ੀਅਲ ਸਰਜਨ। ਉਹ ਜਵਾੜੇ ਦੀਆਂ ਹਰ ਇੱਕ ਤਰ੍ਹਾਂ ਦੀ ਪ੍ਰੋਬਲਮ, ਜਿਸ ਤਰ੍ਹਾਂ ਜਵਾੜੇ ਦੀ ਕੋਈ ਹੱਡੀ ਟੁੱਟ ਜਾਂਦੀ ਹੈ ਜਾਂ ਜਵਾੜੇ ਦੇ ਰਸੌਲੀਆਂ ਜਾਂ ਕੈਂਸਰ ਹੁੰਦੇ ਹਨ, ਉਹਨਾਂ ਨੂੰ ਵੀ ਅਸੀਂ ਹੈਂਡਲ ਕਰਦੇ ਹਾਂ। ਜਵਾੜੇ ਦੀਆਂ ਜਿੱਦਾਂ ਹੱਡੀਆਂ ਟੁੱਟ ਜਾਂਦੀਆਂ ਅਤੇ ਉਹਦੇ ਵਿੱਚ ਪ੍ਰੋਸੀਜਰ ਹੁੰਦਾ ਹੈ ਕਿ ਬੋਨ ਪਲੇਟਿੰਗ ਜਿਸ ਤਰ੍ਹਾਂ ਅਸੀਂ ਕਰਦੇ ਹਾਂ ਕਰਕੇ, ਅਤੇ ਟ੍ਰੀਟਮੈਂਟ ਨੂੰ ਅਸੀਂ ਪੇਸ਼ੈਂਟ ਨੂੰ ਅਸੀਂ ਟ੍ਰੀਟ ਕਰਦੇ ਹਾਂ। ਕੀ ਤੁਹਾਡਾ ਮੈਸੇਜ ਰਹੇਗਾ ਲੋਕਾਂ ਵਾਸਤੇ? ਦੇਖੋ, ਆਪ ਸਭ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜੋ ਦੰਦ ਨੇ ਉਹ ਕੁਦਰਤ ਦੀ ਬਹੁਤ ਹੀ ਅਣਮੁੱਲੀ ਦੇਣ ਹੈ, ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ, ਅਤੇ ਇਹਨਾਂ ਦੀ ਪੂਰੀ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਕਿ ਇਹ ਜੋ ਪਰਪਜ਼ ਹੈ ਟੀਥ ਦਾ ਉਹ ਆਪਣਾ ਪੂਰਾ ਪੂਰੀ ਤਰ੍ਹਾਂ ਸਾਨੂੰ ਦੇ ਸਕਣ। ਜਿਸ ਤਰ੍ਹਾਂ ਕਿ ਅਗਰ ਸਾਡੇ ਦੰਦ ਸਹੀ ਨਹੀਂ ਹੋਣਗੇ ਤਾਂ ਸਾਡੀ ਅਸੀਂ ਫੂਡ ਚਿਊ ਨਹੀਂ ਅੱਛੀ ਤਰ੍ਹਾਂ ਕਰ ਪਾਵਾਂਗੇ, ਅਤੇ ਸਾਡੀ ਡਾਈਜੈਸ਼ਨ ਪ੍ਰੋਪਰ ਨਹੀਂ ਹੋਏਗੀ, ਅਤੇ ਡਾਈਜੈਸ਼ਨ ਪ੍ਰੋਪਰ ਨਹੀਂ ਹੋਏਗੀ ਤਾਂ ਸਾਡਾ ਓਵਰਆਲ ਸਾਰਾ ਸਿਸਟਮ ਜਿਹੜਾ ਹੈਗਾ ਖਰਾਬ ਹੋਏਗਾ। ਅਤੇ ਮੈਂ ਇਹੀ ਚਾਹੂੰਗੀ ਕਿ ਦੰਦਾਂ ਦੀ ਪੂਰੀ ਸੰਭਾਲ ਕਰੋ ਐਂਡ ਕੀਪ ਸਮਾਈਲਿੰਗ। ਥੈਂਕ ਯੂ।